ਤੇ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ ਬਹੁਤ ਤੇ ਹੁਣ ਸਵੇਰ ਦੇ ਕਰੀਬ 9:30 ਦਾ ਟਾਈਮ ਸੀਗਾ ਤੇ ਜਿੱਥੇ ਆਪਾਂ ਰਹਿੰਦੇ ਹਾਂ ਆਪਾਂ ਤੁਹਾਨੂੰ ਆਪਣੀ ਰਾਇ ਦਿਖਾਉਂਦੇ ਹਾਂ ਤੇ ਆਹ ਜੀ ਇੱਕ ਕਮਰਾ ਦਿੱਤਾ ਗਿਆ ਮੰਜੇ 'ਤੇ ਜੱਗੀ ਬਾਈ ਪੈ ਜਾਂਦਾ ਮੈਂ ਬੈੱਡ 'ਤੇ ਪੈ ਜਾਂਦਾ ਤੇ ਬਾਕੀ ਮੇਰਾ ਵੀਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਪੋਰਟ ਕਰਿਓ ਮੇਰਾ ਵੀਰ ਵੱਧ ਤੋਂ ਵੱਧ ਯਾਰ ਠੀਕ ਆ ਬਾਕੀ ਜਿੱਥੇ ਤੱਕ ਆਪਣੀ ਇਹ ਵੀਡੀਓ ਚੱਲ ਰਹੀ ਆ ਮੇਰਾ ਵੀਰ ਆਪਣੇ ਸ਼ਹਿਰ ਜਾਂ ਵਿਲੇਜ ਦਾ ਆਪਣਾ ਨਾਂ ਜ਼ਰੂਰ ਲਿਖਿਓ ਅਤੇ ਆਪ ਦੇਖ ਸਕਦੇ ਹੋ ਹੁਣ ਆਪਾਂ ਪੈਂਚਰ ਲਵਾਉਣ ਆਏ ਸੀ ਬੜੇ ਟਾਇਰ ਨੂੰ ਅਤੇ ਬਾਕੀ ਪੈਂਚਰ ਲਵਾ ਕੇ ਉਸ ਤੋਂ ਬਾਅਦ ਆਪਣੀ ਮਸ਼ੀਨ ਪਰਲੀ ਸਾਈਡ ਖੜ੍ਹੀ ਆ ਆਹ ਦੂਜੀ ਮਸ਼ੀਨ ਦਾ ਕਟਰ ਆ ਅਤੇ ਉਹ ਪਰਲੀ ਸਾਈਡ ਖੜ੍ਹੀ ਆ ਜੀ ਪ੍ਰੀਤ ਮਸ਼ੀਨ ਆਪਾਂ ਪ੍ਰੀਤ ਮਸ਼ੀਨ 'ਤੇ ਹਾਂ ਉਹ ਵਾਲੀ ਮਸ਼ੀਨ ਆ ਜੀ ਜਿਹੜੀ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਬਾਕੀ ਬੜੇ ਟਾਇਰ 'ਚ ਮੂਹਰਲੇ ਜੇ ਖੱਬੇ ਪਾਸੇ ਵਾਲੇ ਟਾਇਰ 'ਚ ਪੈਂਚਰ ਸੀਗਾ ਬਰੀਕ ਕੋਈ ਇਸ ਕਰਕੇ ਹੁਣ ਉਹ ਆਪਾਂ ਟਾਇਰ ਚੈੱਕ ਕਰ ਰਹੇ ਹਾਂ ਕੱਲ੍ਹ 9 ਤਰੀਕ ਨੂੰ ਬਹੁਤ ਜ਼ਿਆਦਾ ਮੀਂਹ ਪੈ ਗਿਆ ਜੀ ਅਤੇ ਬਾਕੀ ਚਲੋ ਹੁਣ ਆਪਾਂ ਪੈਂਚਰ ਲਵਾ ਲਈਏ ਅਤੇ ਫਿਲਹਾਲ ਪੈਂਚਰ ਤਾਂ ਲੱਭਿਆ ਨਹੀਂ ਹੈਗਾ ਹੁਣ ਬਾਈਕਾਂ ਦਾ ਆਪਾਂ ਟੂਬੇ ਪਾ ਦਿੰਦੇ ਹਾਂ ਕਿਉਂਕਿ ਪਹਿਲਾਂ ਪੈਂਚਰ ਬਹੁਤ ਸੀਗੇ ਇਸ ਕਰਕੇ ਹੁਣ ਜੱਗੀ ਬਾਈ ਉਹਨੂੰ ਲੈਣ ਗਏ ਨੇ ਟੂਬ ਅਤੇ ਟਾਇਰ ਦਾ ਪੈਂਚਰ ਲਵਾ ਕੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਕੱਸ ਕੇ ਫਿਰ ਤੁਹਾਨੂੰ ਆਪਾਂ ਉਹ ਵੀਡੀਓ ਦਿਖਾਈ ਦਿੱਤੀ ਆਪਾਂ ਮੂਹਰਲਾ ਕਟਰ ਮਤਲਬ ਫੀਡਰ ਲਾ ਲਿਆ ਸੀਗਾ ਅਤੇ ਡਾਊਨ ਕਰ ਲਿਆ ਸੀਗਾ ਅਤੇ ਹੁਣ ਉਸ ਤੋਂ ਬਾਅਦ ਫਿਰ ਆਪਾਂ ਥਰੈਸਰ ਪਾਵਾਂਗੇ ਠੀਕ ਹੈ ਜੀ ਇਹ ਸਰਵਿਸ ਪੂਰੀ ਮਸ਼ੀਨ ਦੀ ਅਜੇ ਬਾਕੀ ਆ ਅਤੇ ਜੁੜੇ ਰਹੋ ਆ ਵੀਡੀਓ ਨਾਲ ਮੇਰਾ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਆ ਜੀ ਪ੍ਰੀਤ ਮਸ਼ੀਨ ਅਤੇ ਲਓ ਜੀ ਹੁਣ ਆਪਾਂ ਕਲੱਚ ਦਾ ਕੰਮ ਖੋਲ੍ਹਣ ਲੱਗੇ ਹਾਂ ਮਸ਼ੀਨ ਦਾ ਅਤੇ ਟਾਇਰ ਤਾਂ ਫਿਲਹਾਲ ਉੱਥੇ ਪੈਂਚਰ ਵਾਲੇ ਨੂੰ ਦੇ ਆਏ ਸੀਗੇ ਅਤੇ ਹੁਣ ਆਪਾਂ ਨਟ ਖੋਲ੍ਹਣ ਲੱਗੇ ਹਾਂ ਬ੍ਰੇਕਾਂ ਅਤੇ ਉਸ ਤੋਂ ਬਾਅਦ ਕਲੱਚ ਦਾ ਕੰਮ ਕਰਾਂਗੇ ਇੱਥੇ ਰੱਖ ਲਓ ਉੱਪਰ ਇਹਦਾ ਆਪਾਂ ਕੋਈ ਖਾਬ ਨਹੀਂ ਕਰਨੀ ਮੈਂ ਹਵਾ ਹੋਵਾ ਗਾ ਨੂੰ ਕੱਢਣੀ ਮੈਂ ਇਹ ਗੱਲ ਕਰਨਾ ਐਂ ਕਰ ਕੱਪੜਾ ਜਿਹਾ ਲਿਆ ਕੋਈ ਅਤੇ ਐਂ ਬੰਨ ਬੰਨਣ ਉੱਪਰ ਲਓ ਜੀ ਪ੍ਰੀਤ ਮਸ਼ੀਨ ਦੀ ਆਪਾਂ ਕੱਢ ਲਈ ਕਲੱਚ ਪਲੇਟ ਬਾਹਰ ਅਤੇ ਹੁਣ ਆਪਾਂ ਤੁਹਾਨੂੰ ਇਹਦੀ ਦਿਖਾਵਾਂਗੇ ਸਰਵਿਸ ਇੱਕ ਸਫਾਈ ਕਰ ਲਾ ਹੈ ਨਾ ਬਾਈ ਹੁਣ ਵਿੱਚ ਬੁਰਛ ਨਹੀਂ ਨਾ ਹੈਗਾ ਇੱਕ ਦਾ ਪੰਗਾ ਕੋਈ ਨਹੀਂ ਕਰ ਲਾਂਗੇ ਪੈਣੇ ਵਾਲਾ ਜੀ ਆਪਾਂ ਹੁਣ ਪੱਟਿਆ ਸੀ ਬਾਕੀ ਚੱਕ ਤੇ ਖੜੀ ਆ ਮਸ਼ੀਨ ਵਿੱਚ ਆਪਾਂ ਕਲੱਚ ਪੱਟ ਲਿਆ ਸੀਗਾ ਮਤਲਬ ਦਾਗੀ ਸੀਗਾ ਥੋੜਾ ਜਿਹਾ ਵਿੱਚ ਮੇਰੇ ਖਿਆਲ ਨਾਲ ਇਹਦੇ ਉਹ ਅਤੇ ਬਾਕੀ ਹੁਣ ਆਪਾਂ ਹੱਬ ਚੈੱਕ ਕਰਨ ਲੱਗੇ ਸੀਗੇ ਹੱਬ ਦੇ ਵਿੱਚ ਜਿਹੜਾ ਮਤਲਬ ਓਪੀਨੀਅਨ ਸੀਗਾ ਉਹ ਥੋੜ੍ਹਾ ਦਾਗੀ ਨਿਕਲਿਆ ਕਿਉਂਕਿ ਵਿੱਚ ਜਾਂ ਤਾਂ ਕੋਈ ਨਟ ਨੁਟ ਚੜ੍ਹ ਗਿਆ ਜਾਂ ਕੋਈ ਇਹੋ ਜਿਹੀ ਪ੍ਰੋਬਲਮ ਆ ਗਈ ਅਤੇ ਆਹ ਦੇਖੋ ਜੀ ਕੀ ਹਾਲ ਹੋਇਆ ਪਿਆ ਅਤੇ ਆਪਣੇ ਕੋਲ ਪਿਆ ਸੀਗਾ ਹੁਣ ਇੱਕ ਹੋਰ ਸਪੇਅਰ ਓਪੀਨੀਅਨ ਅਤੇ ਹੁਣ ਆਪਾਂ ਇਹ ਐਨ ਵਧੀਆ ਚੰਗੀ ਤਰ੍ਹਾਂ ਸਾਫ ਸੂਫ ਕਰਕੇ ਜਰ ਜੁਰ ਲਾ ਕੇ ਰੇਕ ਮਾਲ ਲਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣਾ ਅਤੇ ਬੜੀ ਗਰਾਰੀ ਦਾ ਇੱਕ ਆਹ ਦੰਦਾ ਗਿਆ ਹੋਇਆ ਮਾੜਾ ਜਿਹਾ ਅਤੇ ਬਾਕੀ ਆਹ ਜ਼ਿਆਦਾ ਗਿਆ ਹੋਇਆ ਦੇਖੋ ਇੱਕੇ ਆ ਫਿਲਹਾਲ ਬਾਕੀ ਸਾਰਾ ਕੁਛ ਓਕੇ ਰਿਪੋਰਟ ਆ
ਅੱਜ ਦੀ ਆਪਾਂ ਇੰਨੀ ਖਾਸ ਵੀਡੀਓ ਇੰਨੀ ਬਣਾਈ ਕਿਉਂਕਿ ਆਉਂਦੀ ਸਾਰ ਆਪਾਂ ਕੰਮ ਕਰਨ ਲੱਗ ਗਏ ਹਾਂ, ਦੂਜੇ ਦਿਨ ਸਰਵਿਸ ਅਤੇ ਅੱਜ ਫੀਟਰ ਵੀ ਲਾਤਾ ਸੀਗਾ ਇਹਦਾ, ਅਤੇ ਫੀਟਰ ਲਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਟਰਾਲੇ ਦੇ ਨਾਲ ਹੀ ਆਪਾਂ ਸੈੱਟ ਕਰਤਾ। ਬਾਕੀ ਇੱਕ ਮਸ਼ੀਨ ਆਹ ਖੜ੍ਹੀ ਸੀਗੀ, ਇਹ ਵੀ ਕਿਤੋਂ ਪੰਜਾਬ ਦੀ ਉਹ ਆ ਬਾਈ, ਕਹਿੰਦਾ ਮਸ਼ੀਨ ਵੀ ਆਪਣੇ ਘਰ ਖੜਾ ਗਏ ਸੀਗੇ ਵੀ ਆਪਾਂ ਇਹਨਾਂ ਤੋਂ ਮਹੀਨੇ ਦਾ ਕਿਰਾਇਆ ਲੈਂਦੇ ਹਾਂ। ਅਤੇ ਆਹ ਮਸ਼ੀਨ ਆ ਜੀ ਪ੍ਰੀਤ 987, ਠੀਕ ਆ ਜੀ, ਦੇਖ ਸਕਦੇ ਹੋ ਤੁਸੀਂ ਹਾਲਤ ਇੱਕ ਨੰਬਰ ਆ, ਓਕੇ ਰਿਪੋਰਟ ਆ। ਬਾਕੀ ਜਿਹੜਾ ਇਹਦਾ ਹੁਣ ਕੰਮ ਹੋਣੇ ਵਾਲਾ, ਨਾਲੇ ਕਲੱਚ ਦਾ ਕੰਮ ਕਰਾਂਗੇ, ਅਤੇ ਆਹ ਸੁਰਮਾ ਇਹਦਾ ਗਿਆ ਹੋਇਆ ਸੀਗਾ, ਕੰਮ ਖਰਾਬ ਸੀਗਾ, ਉਹ ਜੱਗੀ ਬਾਈ ਨਾਲ ਲੈ ਗਿਆ, ਅਤੇ ਉਹ ਦੁਕਾਨ ਤੋਂ ਲੈ ਕੇ ਆਊਗਾ, ਫਿਰ ਆਪਾਂ ਇਹਦੇ ਵਿੱਚ ਪਾਵਾਂਗੇ। ਅਤੇ ਸਾਰੀ ਵੀਡੀਓ ਐਂਡ ਤੱਕ ਮੇਰਾ ਵੀਡੀਓ ਜ਼ਰੂਰ ਦੇਖਿਓ, ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ, ਅਤੇ ਆਪਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਆ। ਹੁਣ ਅੱਜ ਤਰੀਕ ਹੋ ਗਈ 10 ਤਰੀਕ, 9ਵਾਂ ਮਹੀਨਾ 2023, ਅਤੇ ਮੈਨੂੰ ਲੱਗਦਾ ਤੁਹਾਨੂੰ ਵੀਡੀਓ ਵਧੀਆ ਪਸੰਦ ਆਉਂਦੀ ਹੋਊ। ਮੈਂ ਆਪਣੇ ਵੱਲ ਕੈਮਰਾ ਇਸ ਕਰਕੇ ਨਹੀਂ ਕਰਦੀ ਕਿਉਂਕਿ ਲਿਬੜੇ ਪਏ ਆ, ਹਾਲਤ ਦੇਖੋ ਕਾਲੇ ਕਾਲੇ ਹੱਥ, ਤੁਹਾਨੂੰ ਪਤਾ ਕੰਮਾਂ ਕਾਰਾਂ ਦੇ ਵਿੱਚ ਹੋ ਹੀ ਜਾਂਦਾ। ਅਤੇ ਬਾਕੀ ਮੌਸਮ ਦੀ ਇੱਥੇ ਗੱਲ ਕਰੀਏ ਤਾਂ ਮੌਸਮ ਬਹੁਤ ਹੀ ਜ਼ਿਆਦਾ ਬੱਦਲਬਾਜ਼ੀ ਆ, ਅਤੇ ਕੱਲ੍ਹ 9 ਤਰੀਕ ਨੂੰ ਇੰਨਾ ਜ਼ਿਆਦਾ ਮੀਂਹ ਪਿਆ, ਸ਼ਾਮ ਦੇ ਟਾਈਮ ਬਹੁਤ ਜ਼ਿਆਦਾ ਮੀਂਹ ਪੈ ਗਿਆ, ਅਤੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਖੜ੍ਹ ਗਿਆ। ਤੁਸੀਂ ਦੇਖ ਸਕਦੇ ਹੋ ਸੋਇਆਬੀਨ ਖੜ੍ਹੀ ਆ, ਹਜੇ ਹਰੀ ਆ, ਮਾੜੀ ਮੋਟੀ ਵਿੱਚ ਪੀਲੇ ਪੀਲੇ ਪੱਤੇ ਆ ਗਏ। ਯਾਨੀ ਕਿ ਅੱਜ ਤੋਂ ਦੇਖਿਆ ਜਾਵੇ ਤਾਂ ਮਤਲਬ 10 ਜਾਂ 12 ਦਿਨਾਂ ਬਾਅਦ ਕੰਮ ਚੱਲ ਪਊਗਾ ਸੋਇਆਬੀਨ ਦਾ ਜੀ। ਅਤੇ ਉਸ ਤੋਂ ਪਹਿਲਾਂ ਆਪਾਂ ਹੁਣ ਇਹਦੀ ਥਰੈਸਰ ਪਾ ਦਈਏ, ਬਾਸਕਟ ਪਾ ਦਈਏ, ਬਾਕੀ ਆ ਪਟਾ ਵੀ ਪੈਣੇ ਵਾਲਾ, ਪਟਾ ਵੀ ਪਾਵਾਂਗੇ। ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਵੀਰ ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰਿਓ, ਨਾਲੇ ਸ਼ੇਅਰ ਕਰਿਓ ਜੀ ਵੀਡੀਓ ਨੂੰ। ਅਤੇ ਚਲੋ ਠੀਕ ਆ ਜੀ, ਆਪਾਂ ਹੁਣ ਬਹੁਤ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਹਾਂ, ਅਤੇ ਆਈ ਹੋਪ ਤੁਸੀਂ ਸਾਰੇ ਸਪੋਰਟ ਕਰੇਂਗੇ ਅਤੇ ਮੇਰਾ ਵੀ ਸਪੋਰਟ ਕਰਦੇ ਰਹੋ। ਲਓ ਜੀ ਦੇਖੋ ਹੁਣ ਤੁਸੀਂ ਜਿੱਥੇ ਚਾਬੀ ਪਾਨਾ ਲੱਗ ਗਿਆ ਸਮਝ ਲਓ ਉੱਥੇ ਕੰਮ ਵੱਧ ਹੀ ਜਾਂਦਾ, ਕਿਉਂਕਿ ਕੰਮ ਮਸ਼ੀਨ ਦਾ ਹਜੇ ਇੰਨਾ ਕੀਤਾ ਨਹੀਂ ਹੋਇਆ ਹੈਗਾ। ਅਤੇ ਅੰਦਰੋਂ ਦੇਖ ਸਕਦੇ ਹੋ ਤੁਸੀਂ ਕਲੱਚ ਪਲੇਟ ਵਾਲਾ ਪ੍ਰੋਜੈਕਟਰ, ਇਹ ਵੀ ਆਪਾਂ ਤੇਲ ਲਾ ਕੇ ਰਮਾ ਰੁਮਾ ਕਰਾਂਗੇ। ਅਤੇ ਜੈਕ ਤਾਂ ਖੜ੍ਹੀ ਸੀਗੀ, ਇਹ ਤਾਂ ਬੜਾ ਟਾਇਰ ਆਪਾਂ ਤੁਹਾਨੂੰ ਸਵੇਰੇ ਦਿਖਾਤਾ ਹੈ ਜੀ, ਉਹ ਪੈਂਚਰ ਸੀਗਾ, ਬਰੀਕ ਪੈਂਚਰ, ਉਹਦੇ ਵਿੱਚ ਟੂਬ ਨਵੀਂ ਲਿਆ ਕੇ ਪਾਤੀ, ਬਾਕੀ ਉਹ ਟਾਇਰ ਆਪਣਾ ਓਕੇ ਹੋ ਗਿਆ। ਹੁਣ ਜਦ ਤੱਕ ਕਲੱਚ ਦਾ ਕੰਮ ਨਹੀਂ ਹੁੰਦਾ ਹੈਗਾ, ਜਦ ਤੱਕ ਆਪਾਂ ਟਾਇਰ ਬੜਾ ਨਹੀਂ ਚਾੜ ਸਕਦੇ, ਫਿਰ ਆਪਾਂ ਬੜਾ ਟਾਇਰ ਚਾੜਾਂਗੇ। ਅਤੇ ਓਕੇ ਰਿਪੋਰਟ ਕਰਕੇ ਫਿਰ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦਿਖਾਉਂਦੇ ਰਹਾਂਗੇ ਜੀ, ਸਾਫ਼ ਕਰਕੇ ਤੇਲ ਤੂੰ ਲਾ ਕੇ ਆਪਾਂ ਚਾੜ ਦੇਣਾ ਜੀ। ਬਾਕੀ ਫਿਰ ਤੇਲ ਜਿਹੜਾ ਇਹਦੇ ਵਿੱਚੋਂ ਨਿਕਲਿਆ, ਕਮ ਸੇ ਕਮ ਮੈਂ ਕਹਿੰਦਾ ਇੰਨਾ ਕੁ ਜ਼ਿਆਦਾ ਕਚਰਾ ਸੀਗਾ ਵਿੱਚ, ਨਟ ਬੋਲਟ ਪਤਾ ਨਹੀਂ ਕੀ ਬੈਰਿੰਗ ਗੋਲੀਆਂ ਬਹੁਤ ਕੁਛ ਨਿਕਲਿਆ ਜੀ, ਟੁੱਟਿਆ ਫੁੱਟਿਆ, ਇਸ ਕਰਕੇ ਇਹਦੇ ਸਾਰਾ ਕੁਛ ਦਾਗੀ ਹੋ ਗਿਆ। ਨਹੀਂ ਨਵੀਂ ਚੀਜ਼ ਆ, ਤੁਹਾਨੂੰ ਪਤਾ ਕਿੱਥੇ ਦਾਗੀ ਹੁੰਦੀ ਛੇਤੀ ਛੇਤੀ। ਅਤੇ ਆਹ ਤੁਸੀਂ ਦੇਖ ਸਕਦੇ ਹੋ ਹੁਣ ਇਹਦਾ ਕੰਮ, ਆਹ ਆਪਾਂ ਵੀ ਨਵਾਂ ਪਾ ਦੇਣਾ, ਠੀਕ ਆ ਜੀ। ਅਤੇ ਕਲੱਚ ਦਾ ਜਿਹੜੇ ਲੈਦਰ ਲੂਦਰ ਨੇ, ਲੈਦਰ ਜਾਂ ਪਾਵਾਂਗੇ ਜਾਂ ਫਿਰ ਕਲੱਚ ਪਲੇਟ ਨਵੀਂ ਪਾਵਾਂਗੇ, ਠੀਕ ਆ ਜੀ। ਪ੍ਰੀਤ ਮਸ਼ੀਨ ਦੀ ਸਰਵਿਸ ਚੱਲ ਰਹੀ ਆ, ਅਤੇ ਤੁਸੀਂ ਦੇਖ ਲਿਆ ਪਹਿਲਾਂ। ਬਾਕੀ ਮੀਂਹ ਦੀ ਗੱਲ ਕਰੀਏ ਤਾਂ ਮੌਸਮ ਇੱਥੇ ਘੱਟੋ ਘੱਟ 4-5 ਦਿਨ ਹੋਰ ਦੱਸਿਆ ਹੋਇਆ ਮੀਂਹ ਹਜੇ। ਅਤੇ ਅੱਜ ਆਪਾਂ ਨੂੰ ਵਧੀਆ ਟਾਈਮ ਮਿਲ ਗਿਆ, ਚਲੋ ਆਪਾਂ ਅੱਜ ਮਸ਼ੀਨ ਖੋਲ੍ਹ ਲਈ ਸੀਗੀ, ਅੱਜ ਹੁਣ ਟਾਈਮ ਦਾ ਹੋ ਗਿਆ ਲਗਭਗ 3 ਵੱਜ ਗਏ ਨੇ, ਅਤੇ ਆਪਾਂ ਬਸ ਨਾਲ ਦੀ ਨਾਲ ਜਿੰਨਾ ਕੁ ਹੋਇਆ ਕੰਮ ਉਨਾ ਕੁ ਕਰਕੇ, ਅਤੇ ਲਗਭਗ ਅੱਜ ਆਪਾਂ ਕਲੱਚ ਦਾ ਕੰਮ ਕਰਕੇ ਸਾਰਾ ਕੁਛ ਓਕੇ ਰਿਪੋਰਟ ਕਰ ਦੇਣੀ ਆ। ਅਤੇ ਬਾਕੀ ਆਹ ਪਾਵਾਂਗੇ ਆਪਾਂ, ਠੀਕ ਆ ਜੀ, ਓਪੀਨੀਅਨ ਜੀ ਆ ਇਹ ਪਾ ਕੇ ਉਦੋਂ ਬਾਅਦ ਓਕੇ ਰਿਪੋਰਟ ਕਰਕੇ ਫਿਰ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਥਰੈਸਰ ਦੇ ਪੂੰਜਿਆਂ 'ਤੇ ਲਾਤਾ ਜੀ ਆਪਾਂ ਹੁਣ ਤੇਲ, ਠੀਕ ਆ ਜੀ, ਨਰਮ ਹੋ ਜੂਗਾ। ਅਤੇ ਉਸ ਤੋਂ ਪਹਿਲਾਂ ਜਿਹੜੀ ਮੂਹਰੇ ਸਟੋਨ ਰਿਪ ਸੀਗੀ ਇਹ ਆਪਾਂ ਕੱਢ ਲਈ, ਅਤੇ ਤੁਸੀਂ ਦੇਖ ਸਕਦੇ ਹੋ ਬਾਕੀ ਸਟੋਨ ਰਿਪ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿੱਦਾਂ ਦੀ ਆ, ਕਿਵੇਂ ਆ। ਅਤੇ ਆਹ ਲਓ ਬਿਲਕੁਲ ਠੀਕ ਆ, ਕੋਈ ਐਡਾ ਹੈ ਹੀ ਨਹੀਂ, ਮਾੜਾ ਮੋਟਾ ਬਿੰਗ ਵਾਲਾ ਇਹ ਆਪਾਂ ਕੱਢੀ ਲੈਣਾ। ਚਾਬੀਆਂ ਪਾਉਂਦੇ ਸਵੇਰ ਦਾ ਟਾਈਮ, ਅਤੇ ਅੱਜ ਦੀ ਤਰੀਕ ਹੈਗੀ ਹੈ ਜੀ 11/9/2023, ਅਤੇ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਯਾਰ ਜੱਗੀ ਹਮੇਸ਼ਾ ਦੀ ਤਰ੍ਹਾਂ ਦੇਖ ਸਕਦੇ, ਠੀਕ ਹੈ ਜੀ।
ਥੱਲੇ ਦਾ ਕਲੱਚ ਦਾ ਕੰਮ ਥੋੜਾ ਜਿਹਾ ਰਹਿ ਗਿਆ ਸੀ ਵਿੱਚੇ ਓਪੀਨੀਅਨ ਦਾ ਹਜੇ ਕਰਨਾ ਮਾੜਾ ਮੋਟਾ। ਬਾਕੀ ਅੱਜ 11 ਤਰੀਕ ਨੂੰ ਮੌਸਮ ਹਜੇ ਕੁਛ ਠੀਕ ਆ, ਅੱਜ ਧੁੱਪ ਨਿਕਲੀ ਸਵੇਰ ਦੇ ਟਾਈਮ ਜੀ, ਹਜੇ 9 ਵਜੇ ਦਾ ਟਾਈਮ ਹੋਇਆ ਅਤੇ ਕੀਕਰ ਦੇ ਪਿੱਛੇ ਹੈਗਾ ਜੀ ਸੂਰਜ, ਦੇਖ ਸਕਦੇ ਹੋ ਤੁਸੀਂ। ਬਾਕੀ ਆਹ ਮਸ਼ੀਨ ਹੈ ਜੀ, ਜਿਹੜੀ ਆਹ ਵਾਲੀ ਮਸ਼ੀਨ ਹੈ ਕਿਸੇ ਪੰਜਾਬ ਦੇ ਬੰਦੇ ਦੀ ਆ, ਬਾਈ ਹਜੇ ਆਇਆ ਨਹੀਂ ਹੈਗਾ ਅਤੇ ਆਪਣੀ ਹਜੇ ਇਹਨੂੰ ਤਾਂ ਰਿਪੇਅਰ ਕਰੀ ਹੋਈ ਆ, ਆਪਾਂ ਹਜੇ ਕਰਨੀ ਆ ਅਤੇ ਲੱਗੇ ਹੋਏ ਹਾਂ ਜੀ। ਮਿਹਨਤ ਆਪਣੀ ਜਾਰੀ ਆ ਐਮ ਪੀ ਦੀ ਧਰਤੀ ਦੇ ਉੱਪਰ। ਹੁਣ ਦਾ ਇਹ ਚੱਕਰ ਆ ਜੀ, ਬਾਕੀ ਥੋੜ੍ਹੀ ਨੈੱਟ ਦੀ ਪ੍ਰੋਬਲਮ ਬਹੁਤ ਆਉਂਦੀ ਹੈ, ਇਸ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਵੀਡੀਓ 8 ਜਾਂ 9 ਤਰੀਕ ਨੂੰ ਪਾਉਂਦੇ ਹਾਂ ਤਾਂ ਲੇਟ ਪੈਂਦੀ ਆ, ਕਿਉਂਕਿ ਦਿਹਾੜੀ ਲੰਘ ਜਾਂਦੀ ਆ, ਕਿਉਂਕਿ ਇੱਥੇ ਨੈੱਟਵਰਕ ਦਾ ਇਸ਼ੂ ਬਹੁਤ ਆ। ਅਤੇ ਬਾਕੀ ਹਜੇ ਜੇ ਸੋਇਆਬੀਨ ਦੀ ਗੱਲ ਕਰੀਏ ਤਾਂ ਸੋਇਆਬੀਨ ਦਾ ਤੁਸੀਂ ਦੇਖ ਸਕਦੇ ਹੋ ਵੀ ਮਤਲਬ ਹਜੇ ਕੰਮ ਕਮ ਸੇ ਕਮ 10 ਦਿਨ ਨਹੀਂ ਚੱਲਦਾ ਕਿਉਂਕਿ ਮੀਂਹ ਪੈ ਗਿਆ। ਅਤੇ ਬਾਕੀ ਹਜੇ ਕੁਛ ਕੁਛ ਹਰਾ ਪੱਤਾ ਵਿੱਚ ਥੋੜ੍ਹੇ ਥੋੜ੍ਹੇ ਪੀਲੇ ਆ, ਅਤੇ ਚੱਲ ਪਊਗਾ ਕੰਮ ਆਪਣਾ ਛੇਤੀ ਉਹ ਚੱਲ ਪੈਣਾ, ਠੀਕ ਆ ਜੀ। ਬਾਕੀ ਤੁਸੀਂ ਮੇਰਾ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ, ਠੀਕ ਆ ਜੀ, ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਨਵੀਆਂ ਵੀਡੀਓ ਦਿਖਾਉਂਦੇ ਰਹਾਂਗੇ, ਨਵੀਆਂ ਮਸ਼ੀਨਾਂ ਦੀ ਕਿੱਦਾਂ ਕਿੱਦਾਂ ਅਪਡੇਟ ਹੁੰਦੀ ਆ, ਕੋਈ ਕਰਤਾਰ ਮਸ਼ੀਨ ਜਾਂ ਕਿਵੇਂ ਵੀ, ਹੈ ਨਾ, ਅਤੇ ਉਹ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਥਰੈਸਰ ਬਾਹਰ ਕੱਢਣ ਲੱਗੇ ਸੀਗੇ ਜੀ, ਇੱਕ ਨੁਕਸਾਨ ਹੋ ਗਿਆ, ਨਟ ਵਿੱਚ ਹੀ ਟੁੱਟ ਗਿਆ ਜਿਹੜਾ ਕਟਰਾਂ ਦੇ ਉੱਪਰ ਲਾਈਦਾ, ਆਹ ਤੁਸੀਂ ਦੇਖ ਸਕਦੇ ਹੋ। ਅਤੇ ਇਸ ਕਾਰਨ ਬੈਲਡਿੰਗ ਵਾਲੇ ਬੁਲਾਉਣੇ ਪਏ ਬਾਈ ਹੋਣੀ, ਅਤੇ ਉਹ ਬੈਲਡਿੰਗ ਵਾਲੇ ਆਪਣੇ ਕੋਲ ਪਹੁੰਚ ਚੁੱਕੇ ਨੇ, ਹੁਣ ਬੈਲਡਿੰਗ ਕਰਨਗੇ ਫਿਰ ਆਪਾਂ ਨਟ ਕੱਢ ਕੇ ਥਰੈਸਰ ਬਾਹਰ ਕੱਢਾਂਗੇ। ਆਹ ਦੇਖੋ ਜੀ, ਸੈੱਟ ਜੋੜਨ ਲੱਗੇ ਹੋਏ ਨੇ ਬੈਲਡਿੰਗ ਸੈੱਟ। ਅਤੇ ਆਹ ਚੱਕਰ ਹੈ ਜੀ। ਬਾਕੀ ਹੁਣ ਆਪਾਂ ਇੱਕ ਸਾਈਡ ਤੋਂ ਪਟਾ ਲਾ ਕੇ ਆ ਪੱਲਾ ਬਾਹਰ ਨੂੰ ਖਿੱਚ ਲਿਆ ਸੀਗਾ, ਠੀਕ ਆ ਜੀ, ਲਾ ਕੇ ਆਪਾਂ ਆਪਣੇ ਕੂਲਰ ਰਾੜਾ ਕੂਲਰ ਰਾੜਾ ਲਾ ਕੇ ਆਪਾਂ ਕੱਢ ਲਿਆ ਸੀ ਬਾਹਰ ਨੂੰ, ਠੀਕ ਆ ਜੀ, ਬੈਲਟ ਲਾ ਲਈ ਆਪਾਂ, ਹੁਣ ਸਾਰਾ ਕੁਛ ਕਰ ਲਿਆ, ਠੀਕ ਆ। ਬਾਕੀ ਹੁਣ ਕੱਢਾਂਗੇ ਥਰੈਸਰ, ਬੈਲਡਿੰਗ ਵਾਲਿਆਂ ਦਾ ਕੰਮ ਰਹਿ ਗਿਆ, ਬੈਲਡਿੰਗ ਵਾਲਿਆਂ ਦਾ ਕੰਮ ਮਾੜਾ ਜਿਹਾ ਕਰਾ ਕੇ ਚੱਲ ਫਿਰ ਉਦੋਂ ਬਾਅਦ ਆਪਾਂ ਤੁਹਾਡੇ ਨਾਲ ਵੀਡੀਓ ਨਾਲ ਜੁੜਦੇ ਹਾਂ। ਅਤੇ ਬਾਕੀ ਹੋਰ ਲੱਗ ਥਰੈਸਰ ਨੂੰ ਕਟਰਾਂ ਨੂੰ ਤੇਲ ਵੀ ਸਾਰਾ ਕੁਛ ਲਾਤਾ ਸੀਗਾ, ਅਤੇ ਅੱਜ ਕੁਛ ਮੌਸਮ ਦੇ ਵਿੱਚ ਤਬਦੀਲੀ ਆ ਵੀ ਠੀਕ ਆ ਲਗਭਗ, ਠੀਕ ਆ ਜੀ, ਧੁੱਪ ਨਿਕਲੇ ਆਈ ਆ। ਅਤੇ ਮਿੰਟੋ ਪਹਿਲਾਂ ਇੱਥੇ ਪਤਾ ਨਹੀਂ ਲੱਗਦਾ ਵੀ ਕਦ ਮਤਲਬ ਬੱਦਲਬਾਜ਼ੀ ਆ ਜਾਂਦੀ, ਕਦ ਸਾਫ਼ ਹੋ ਜਾਂਦਾ ਮੌਸਮ, ਅਤੇ ਅੱਜ ਹਵਾ ਬਹੁਤ ਜ਼ੋਰ ਦੀ ਚੱਲਦੀ ਆ। ਅਤੇ ਜੱਗੀ ਬਾਈ ਦੇ ਨਾਲ ਹੁਣ ਜੱਗੀ ਲੱਗਿਆ ਹੋਇਆ ਕੰਮ ਕਰਨ, ਅਤੇ ਬਾਕੀ ਬੈਲਡਿੰਗ ਵਾਲਿਆਂ ਦਾ ਕੰਮ ਮਾੜਾ ਜਿਹਾ, ਉਸ ਤੋਂ ਬਾਅਦ ਫਿਰ ਸਾਡੀ ਸਾਰਾ ਰਹਿ ਗਿਆ। ਕੱਲ੍ਹ ਆਪਾਂ ਜਿਹੜਾ ਓਪੀਨੀਅਨ ਪਾਉਣਾ ਸੀਗਾ, ਓਪੀਨੀਅਨ ਹਜੇ ਪਾਇਆ ਨਹੀਂ ਸੀਗਾ ਕਿਉਂਕਿ ਹਜੇ ਉਹਦਾ ਥੋੜ੍ਹਾ ਜਿਹਾ ਕੰਮ ਰਹਿੰਦਾ, ਬਾਕੀ ਇੱਥੇ ਵੀ ਬੈਲਡਿੰਗ ਕਰਾਉਣ ਵਾਲੀ ਆ। ਆਹ ਮਸ਼ੀਨ ਹੈ ਜੀ, ਅਤੇ ਆਹ ਇਹਦਾ ਇੰਜਣ, ਅਤੇ ਹੁਣ ਆਪਾਂ ਉੱਪਰ ਟੂਲ ਦੇ ਵਿੱਚ ਕੂਲਰ ਲੱਭਣ ਆਏ ਸੀਗੇ, ਲੱਠਾ ਪੂਲਰ ਜਿਹਦੇ ਨਾਲ ਪੱਲਾ ਬਾਹਰ ਕੱਢੀ ਦਾ ਥਰੈਸਰ ਵਾਲਾ। ਬਾਕੀ ਆਹ ਸਮਾਨ ਪਿਆ ਸੀ ਇਹਦੇ ਵਿੱਚ, ਹੈ ਨਹੀਂ ਹੁਣ, ਅਤੇ ਆਪਾਂ ਸੀ ਮਸ਼ੀਨ ਦੇ ਉੱਪਰ। ਅੱਜ ਹਵਾ ਬਹੁਤ ਹੀ ਜ਼ਿਆਦਾ ਤੇਜ਼ ਚੱਲਦੀ ਹੈ ਜੀ, ਦੇਖ ਸਕਦੇ ਹੋ। ਅਤੇ ਲਓ ਜੀ ਪ੍ਰੀਤ ਮਸ਼ੀਨ ਦਾ ਹੁਣ ਬੈਲਡਿੰਗ ਦਾ ਕੰਮ ਚੱਲਦਾ, ਬਾਈ ਲੱਗਿਆ ਬੈਲਡਿੰਗ ਕਰਨ, ਠੀਕ ਆ ਜੀ, ਅਤੇ ਇਸ ਕਰਕੇ ਆਪਾਂ ਹਜੇ ਰੁਕ ਗਏ ਸੀਗੇ, ਅਤੇ ਹੁਣ ਆਪਾਂ ਆਹ ਪੱਲਾ ਬਾਹਰ ਕੱਢਣਾ। ਅਤੇ ਆਪਾਂ ਪੱਲਾ ਲਿਆ ਸੀਗਾ, ਆਪਾਂ ਨੂੰ ਮਿਲ ਗਿਆ ਸੀ ਕੂਲਰ ਲੱਠਾ, ਇਹ ਲਾਉਣ ਤੋਂ ਬਾਅਦ ਫਿਰ ਆਪਾਂ ਬਾਹਰ ਕੱਢਾਂਗੇ। ਅਤੇ ਬੈਲਡਿੰਗ ਵਾਲੇ ਬਾਈ ਦਾ ਕੰਮ ਚੱਲਦਾ ਇੱਧਰ ਇੱਕ ਪਾਸੇ, ਇਸ ਕਰਕੇ ਆਪਾਂ ਰੁਕ ਗਏ। ਉਹ ਜਿਹੜਾ ਨਟ ਫਸ ਗਿਆ ਸੀਗਾ ਉਹਨੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ, ਹਜੇ ਤੱਕ ਬਾਈ ਤੋਂ ਨਿਕਲਿਆ ਨਹੀਂ, 2 ਰਾੜਾਂ ਫੂਕਤੀਆਂ। ਕਿ ਹੁਣ ਮਸ਼ੀਨ ਦਾ ਕੰਮ ਚੱਲ ਰਿਹਾ ਜੀ, ਹੁਣ ਸਾਡਾ ਹੋ ਗਿਆ ਸੀਗਾ ਚਾਹ ਦਾ ਟਾਈਮ। ਚਾਹ ਦੇਖੋ ਜੀ ਕਿੰਨੀ ਗਾਡਰ ਵਰਗੇ, ਦੇਖੋ ਐਨ ਵਧੀਆ ਕਾੜ ਕੂੜ ਕੇ ਬਣਾਉਂਦੇ ਰਹੇ ਐਮ ਪੀ ਵਾਲੇ, ਚਾਹ ਬੜੀ ਖਤਰਨਾਕ ਅਤੇ ਬੜੀ ਕੈਮ ਹੁੰਦੀ ਆ। ਅਤੇ ਬਾਕੀ ਚਲੋ ਐਂ ਸੀਗਾ ਵੀ ਬਹੁਤ ਟਾਈਮ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਹਾਂ, ਠੀਕ ਆ ਨਾ, ਇਸ ਕਰਕੇ ਮੇਰਾ ਵੀਰ ਵੱਧ ਤੋਂ ਵੱਧ
ਆਪਾਂ ਤੁਹਾਡੇ ਨਾਲ ਹਾਂ ਜੀ, ਠੀਕ ਆ। ਤੁਹਾਡੇ ਆਪਾਂ ਨੂੰ ਸਪੋਰਟ ਦੀ ਲੋੜ ਆ, ਅਤੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਰੱਖਿਓ। ਬਾਕੀ ਆਹ ਤੁਸੀਂ ਦੇਖ ਸਕਦੇ ਹੋ, ਬਾਬੇ ਦੀ ਕਿਰਪਾ ਨਾਲ ਮੌਸਮ ਵੀ ਸਾਫ਼ ਹੋਣ, ਬਿਲਕੁਲ ਜਣਚੀ ਧੁੱਪ ਦਾ ਹਜੇ ਮਿੱਟੀ ਤਾਂ ਥੱਲਿਓਂ ਬਹੁਤ ਜ਼ਿਆਦਾ ਗਿੱਲੀ ਹੋ ਆ, ਦੇਖਿਆ ਜਾਵੇ ਤਾਂ ਦੇਖੋ ਲੋ। ਅਤੇ ਆਹ ਤੁਸੀਂ ਦੇਖ ਸਕਦੇ ਹੋ ਪਾਣੀ ਖੜ੍ਹਾ ਇੱਕ ਪਾਸੇ, ਦੇਖੋ ਹਜੇ ਜਣਚੀ ਖੇਤਾਂ ਦੇ ਵਿੱਚ ਪਾਣੀ ਬਹੁਤ ਖੜ੍ਹਾ, ਲਗਭਗ 10 ਕੁ ਦਿਨ ਤੱਕ ਪਾਣੀ ਪੂਣੀ ਸੁੱਕੂਗਾ, ਥੱਲਿਓਂ ਪੱਕਾ ਹੋਊਗਾ, ਫਿਰ ਆਪਣਾ ਸੋਇਆਬੀਨ ਦਾ ਕੰਮ ਚੱਲੂਗਾ। ਅਤੇ ਬਾਕੀ ਹੁਣ ਆਪਾਂ ਪੱਲੇ ਦਾ ਕੰਮ ਲੱਗੇ ਹੋਏ ਸੀਗੇ ਕਰਨ, ਪੱਲੇ ਦਾ ਕੰਮ ਕਰਨ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕਿਵੇਂ ਹੋਇਆ। ਅਤੇ ਮਸ਼ੀਨ ਦੇ ਮਗਲੀ ਸਾਈਡ ਤੋਂ ਹੁਣ ਟਾਪਾ ਜਿਹਾ ਪੱਟਦਾ ਸੀਗਾ, ਜਿਹੜੀ ਇੱਕ ਪਾਸੇ ਸੋਇਆਬੀਨ ਦੀਆਂ ਢੀਲਾਂ ਲੱਗ ਜਾਂਦੀ ਹੁਣ ਉਹਦਾ ਜੁਗਾੜ ਕਰਨ ਲੱਗੇ ਹੁਣ ਬਾਈ ਨੇ। ਅਤੇ ਉਹ ਦੇਖੋ ਸਪੋਰਟ ਬਾਈ ਲਾਉਣ ਲੱਗਾ ਹੋਇਆ ਬੈਡਿੰਗ ਵਾਲਾ। ਅਤੇ ਆਹ ਦੇਖੋ ਜੀ, ਆਹ ਉਹ ਟਾਪਾ ਜਿਹਾ ਆਹ ਦੇਖੋ ਜੀ, ਮਗਰੋਂ ਆਪਾਂ ਇਹਦਾ ਮਤਲਬ ਸੀਟ ਖੋਲਤੀ ਹੈ। ਇਹ ਖੋਲਣ ਤੋਂ ਬਾਅਦ ਚਲੋ ਆਪਣਾ ਇੱਥੇ ਟਾਪੇ ਦਾ ਕੰਮ ਫਿਰ ਹੋ ਜੂਗਾ, ਫਿਰ ਮਗਰ ਮਸ਼ੀਨ ਗੱਠਾਂ ਬਣਾ ਬਣਾ ਸਿੱਟੀ ਜਾਊਗੀ, ਠੀਕ ਆ। ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ, ਗੱਠਾਂ ਨਹੀਂ ਸੋਰੀ ਢੇਰੀਆਂ, ਬਾਕੀ ਢੇਰੀਆਂ ਬਣਾ ਬਣਾ ਮਸ਼ੀਨ ਹੁਣ ਸਿੱਟੀ ਜਾਊਗੀ ਅਤੇ ਉਹਦਾ ਟਾਪੇ ਦਾ ਕੰਮ ਚੱਲ ਰਿਹਾ। ਅਤੇ ਆਹ ਹੁਣ ਅਸੀਂ ਪੱਲਾ ਪੱਟਣ ਲੱਗੇ ਹੋਏ ਸੀਗੇ, ਇਹਨੇ ਸਾਨੂੰ ਥੋੜ੍ਹਾ ਜਿਹਾ ਬਹੁਤ ਪਰੇਸ਼ਾਨ ਕੀਤਾ। ਅਤੇ ਪਹਿਲਾਂ ਜਿਹੜਾ ਆਪਾਂ ਪ੍ਰੈਸ਼ਰ ਵਾਲਾ ਕਟਰਾਂ ਪੱਟਦੇ ਸੀ ਉਹ ਨਟ ਵਿੱਚ ਟੁੱਟ ਗਿਆ, ਤੁਹਾਨੂੰ ਦੱਸਿਆ ਸੀਗਾ। ਅਤੇ ਉਹ ਬਾਬੇ ਦੀ ਕਿਰਪਾ ਨਾਲ ਕਟਰ ਹਿੱਲ ਗਈ ਆ, ਅਤੇ ਉਹ ਬਾਈ ਨੇ ਪਹਿਲਾਂ ਬੈਲਡਿੰਗ ਕਰੀ, ਫਿਰ ਵੱਢੇ ਉੱਪਰੋਂ ਦੇਖੋ, ਅਤੇ ਫਿਰ ਕਿਤੇ ਜਾ ਕੇ ਆਪਣਾ ਕੰਮ ਓਕੇ ਹੋਇਆ ਅਤੇ ਕਟਰਾਂ ਹਿੱਲ ਗਈਆਂ। ਫਿਰ ਹੁਣ ਆਪਾਂ ਥਰੈਸਰ ਬਾਹਰ ਕੱਢਾਂਗੇ। ਚਲੋ ਠੀਕ ਆ ਜੀ, ਬਾਕੀ ਇੱਥੇ ਰੇਂਜ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ, ਬਾਕੀ ਜਿਵੇਂ ਹੋਇਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਾਂਗੇ। ਚਲੋ ਠੀਕ ਆ ਜੀ, ਧੰਨਵਾਦ ਜੀ।